ਸੋ ਬੁਲਟਨ ਦਾ ਗਾਸ ਕਰਦੇ ਆਂ ਕੈਲੀਫੋਰਨੀਆ ਸੂਬੇ ਦੇ ਮਰਸਡ ਸ਼ਹਿਰ ਵਿਖੇ ਸਥਿਤ ਦਾ ਬ੍ਰਾਂਡਿੰਗ ਆਇਰਨ ਰੈਸਟੋਰੈਂਟ ਦੀ ਉਮਰ 70 ਸਾਲ ਹੋ ਚੁਕੀ ਹੈ ਤੇ ਅੱਜ ਵੀ ਇਹ ਰੈਸਟੋਰੈਂਟ ਮਰਸਡ ਸ਼ਹਿਰ ਦੇ ਲੋਕਾਂ ਨੂੰ ਓਨਾ ਹੀ ਪਿਆਰਾ ਹੈ ਜਿੰਨਾ ਪਿਆਰਾ ਇਹ ਸਾਲ 1952 ਵਿੱਚ ਸ਼ੁਰੂ ਕਰਨ ਵੇਲੇ ਸੀ ਇਸ ਨੂੰ ਇੱਕ ਇਤਿਹਾਸਿਕ ਰੈਸਟੋਰੈਂਟ ਵਾਂਗ ਵਿਖਿਆ ਜਾਂਦਾ ਹੈ ਤੇ ਹੁਣ ਇਸ ਨੂੰ ਸ਼ਹਿਰ ਦੇ ਉੱਗੇ ਕਿਸਾਨ ਅਤੇ ਕਾਰੋਬਾਰੀ ਰਾਜ ਕਲੋ ਨੇ ਖਰੀਦ ਲਿਆ ਇਸ ਗੱਲ ਦਾ ਇਸ ਰੈਸਟੋਰੈਂਟ ਨੂੰ ਖਰੀਦਣ ਦੀ ਨਹੀਂ ਬਲਕਿ ਹੁਣ ਰਾਜ ਕਲੋ ਨੇ ਇਸ ਰੈਸਟੋਰੈਂਟ ਤੋਂ ਹੋਣ ਵਾਲੀ ਸਾਰੀ ਆਮਦਨ ਸਿੱਖਿਆ ਦੇ ਖੇਤਰ ਵਿੱਚ ਇਸਤੇਮਾਲ ਕਰਨ ਦਾ ਐਲਾਨ ਕੀਤਾ ਹੈ ਕੀ ਇਹ ਇਸ ਰੈਸਟੋਰੈਂਟ ਦੀ ਖਾਸੀਅਤ ਹੈ ਤੇ ਕਿਵੇਂ ਇਸ ਦੀ ਆਮਦਨ ਦਾ ਇਸਤੇਮਾਲ ਹੋਵੇਗਾ ਇਸ ਨੂੰ ਲੈ ਕੇ ਪੀਟੀਸੀ ਦੀ ਟੀਮ ਨੇ ਵਿਸ਼ੇਸ਼ ਗੱਲਬਾਤ ਕੀਤੀ ਰਾਜ ਕਾਲੂ ਦੇ ਨਾਲ ਰਾਜ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਸੀਂ ਇਹ ਹਿਸਟੋਰੀਕਲ ਰੈਸਟੋਰੈਂਟ ਜਿਹੜਾ ਵਾ ਉਹ ਓਨ ਕੀਤਾ ਸਭ ਤੋਂ ਪਹਿਲਾਂ ਇਹਦੀ ਹਿਸਟਰੀ ਦੱਸੋ ਵੀ ਇਹਦੀ ਹਿਸਟਰੀ ਕੀ ਹੈਗੀ ਹੈ ਇਸ ਰੈਸਟੋਰੈਂਟ ਦੀ ਕੀ ਖਾਸੀਅਤ ਹੈ ਇਹ ਜਿਹੜੀ ਬ੍ਰਾਂਡਿੰਗ ਹੈ ਨਾ ਇਹ 1952 ਚ ਓਪਨ ਹੋਈ ਸੀ ਤੇ ਇਹਦਾ ਨਾਂ ਰੱਖਿਆ ਗਿਆ ਬ੍ਰਾਂਡਿੰਗ ਆਇਰਨ ਬ੍ਰਾਂਡਿੰਗ ਆਇਰਨ ਜਿਹੜੀ ਆ ਉਹ ਜਿੰਨੇ ਵੀ ਪੁਰਾਣੇ ਫਾਰਮਰ ਅੱਜ ਵੀ ਜਾਂ ਪਹਿਲਾਂ ਵੀ ਹੁੰਦੇ ਸੀ ਉਹਨਾਂ ਦਾ ਇੱਕ ਆਪਣਾ ਬ੍ਰਾਂਡ ਹੁੰਦਾ ਸੀ ਜਿਹੜਾ ਉਹ ਆਪਣੇ ਘੋੜਿਆਂ ਤੇ ਆਪਣੇ ਕੈਟਲ ਦੇ ਉੱਪਰ ਲਾਉਂਦੇ ਹੁੰਦੇ ਸੀ ਹਰ ਇੱਕ ਫਾਰਮ ਦਾ ਆਪਣਾ ਇੱਕ ਬ੍ਰਾਂਡ ਹੁੰਦਾ ਤੇ ਉਹ ਜਿਹੜੇ ਬ੍ਰਾਂਡ ਨੇ ਉਹ ਬਣਾ ਕੇ ਲੈ ਕੇ ਆਉਂਦੇ ਆ ਤੇ ਉਹ ਇਸ ਰੈਸਟੋਰੈਂਟ ਦੇ ਵਿੱਚ ਹੈਂਗ ਕਰਦੇ ਆ ਜਿਹੜੀ ਕਿ ਇੱਕ ਉਹਨਾਂ ਦੀ ਯਾਦਗਾਰ ਰਹਿੰਦੀ ਆ ਜਦੋਂ ਵੀ ਆਉਂਦੇ ਨੇ ਉਹ ਆਪਣਾ ਬ੍ਰਾਂਡ ਦੇਖਦੇ ਨੇ ਤਾਂ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਸਾਡਾ ਬ੍ਰਾਂਡ ਇਸ ਬ੍ਰਾਂਡਿੰਗ ਆਰਡ ਦੇ ਵਿੱਚ ਲੱਗਾ ਜਿਹੜੇ ਪਹਿਲੇ ਓਨਰ ਸੀ ਉਹਨਾਂ ਨੇ ਇਹ 40 42 ਸਾਲ ਚਲਾਇਆ ਇਹਨੂੰ ਤੇ ਸੈਕੰਡ ਓਨਰ ਨੇ 30 ਇਅਰ ਤੇ ਹੁਣ ਆਪਾਂ 3rd ਅ ਤੇ ਇਹ ਆਪਾਂ 3-4 ਮਹੀਨੇ ਹੋ ਗਿਆ ਇਹਨੂੰ ਆਪਾਂ ਟੇਕਓਵਰ ਕੀਤਾ ਆ ਜਿਹੜੀਆਂ ਪਿੱਛੇ ਵਾਲਸ ਤੇ ਵੀ ਕਾਫੀ ਹਿਸਟਰੀ ਦਿਖਦੀ ਪਈ ਅਮਰੀਕਾ ਦੀ ਇਹ ਜਿਹੜੀਆਂ ਪਿੱਛੇ ਤੁਸੀਂ ਦੇਖ ਰਹੇ ਆ ਪੇਂਟਿੰਗ ਇਹ ਲੇਟ 18th ਸੈਂਚਰੀ अर्ली 19th ਸੈਂਚਰੀ ਦੀਆਂ ਬਣੀਆਂ ਆ ਹੈਗੀਆਂ ਬਿਲਡਿੰਗਾਂ ਜਿਹੜੀਆਂ ਤੇ ਅਸੀਂ ਉਹੀ ਕੋਸ਼ਿਸ਼ ਕੀਤੀ ਕਿ ਇਹਦੇ ਵਿੱਚ ਪੁਰਾਣਾ এনवायरमेंट ਲਿਆਇਆ ਜਾਵੇ ਤੇ ਸਾਡੀ ਗਾਂ ਵੀ ਕੋਸ਼ਿਸ਼ ਆ ਕਿ ਜੋ ਵੀ ਅਸੀਂ ਇਹਦੇ ਵਿੱਚ ਕਰਾਂਗੇ ਉਹ ਪੁਰਾਣੀ ਲੁੱਕ ਲੈ ਕੇ ਆਵਾਂਗੇ। ਅੱਛਾ ਹੁਣ ਇੱਕ ਖਾਸ ਗੱਲ ਜਿਹੜੀ ਹੈ ਵੀ ਬਹੁਤ ਸੰਸਥਾਵਾਂ ਵੀ ਨੇ ਬਹੁਤ ਲੋਕ ਵੀ ਨੇ ਨਿੱਜੀ ਕਰ ਤਰੂਪ ਤੇ ਜਿਹੜੇ ਡੋਨੇਸ਼ਨਸ ਕਰਦੇ ਨੇ। ਲੇਕਿਨ ਤੁਸੀਂ ਇਸ ਰੈਸਟੋਰੈਂਟ ਦੀ ਇਨਕਮ ਨੂੰ ਕਿਡਜ਼ ਵਾਸਤੇ ਡੋਨੇਟ ਕਰਨ ਦੀ ਗੱਲ ਕਹੀ ਹੈ। ਇਹ ਮਨਚ ਵਿਚਾਰ ਕਿਦਾਂ ਆਇਆ ਔਰ ਕਿਦਾਂ ਇਹਦੀ ਡੋਨੇਸ਼ਨ ਜਾਏਗੀ? ਦੇਖੋ ਜੀ ਮੇਰਾ ਹਮੇਸ਼ਾ ਹੁੰਦਾ ਕਿ ਮੈਂ ਕੁਝ ਨਾ ਕੁਝ এডੂਕੇਸ਼ਨ ਵਾਸਤੇ ਕਰਦਾ ਰਵਾਂ। ਜਦੋਂ ਇਹ ਰੈਸਟੋਰੈਂਟ ਆਈਆ ਸੇਲ ਦੇ ਉੱਪਰ ਤੇ ਮੈਂ ਆਣ ਕੇ ਜਦੋਂ ਇਹ ਨਾਲ ਗੱਲ ਕੀਤੀ ਤੇ ਉਹਨੇ ਮੈਨੂੰ ਆਨਰ ਨੇ ਪੁੱਛਿਆ ਵੀ ਤੂੰ ਕਿਉਂ ਲੈਣੀ ਚਾਹੁੰਦਾ ਹੈ ਰੈਸਟੋਰੈਂਟ ਤੂੰ ਫਾਰਮਰ ਆ ਇਹ ਤੇਰਾ ਟੋਟਲੀ ਸੈਪਰੇਟ ਪ੍ਰੋਫੈਸ਼ਨ ਆ ਤੇ ਮੈਂ ਉਹਨੂੰ ਇਹੋ ਜਵਾਬ ਦਿੱਤਾ ਕਿ ਮੈਂ ਇਹ ਕਮਿਊਨਿਟੀ ਵਾਸਤੇ ਲੈ ਰਿਹਾ ਇਹ ਜਿਹੜੇ ਐ ਐਜੂਕੇਸ਼ਨਲ ਸੰਬੰਧੀ ਕੋਈ ਹੋਣਗੇ ਕੰਮ ਅਸੀਂ ਉਹਨਾਂ ਨੂੰ ਟੇਕਓਵਰ ਕਰਾਂਗੇ ਇਸ ਰੈਸਟੋਰੈਂਟ ਦੇ ਥਰੂ ਉਹਨਾਂ ਨੂੰ ਕਿਸੇ ਚੀਜ਼ ਦੀ ਵੀ ਲੋੜ ਹੋਏਗੀ ਉਹ ਸਾਡੇ ਨਾਲ ਸੰਪਰਕ ਕਰਨ ਇੱਥੋਂ ਦਾ ਇੱਕ ਇੱਕ ਪੈਸਾ ਜਿਹੜਾ ਪ੍ਰੋਫਿਟ ਹੋਏਗਾ ਉਹ ਅਸੀਂ ਵਾਪਸ ਐਜੂਕੇਸ਼ਨ ਨੂੰ ਅਧਿਆ ਕਰਾਂਗੇ ਤੇ ਉਹ ਓਨਰ ਨੇ ਬੜਾ ਇਮਪ੍ਰੈਸ ਹੋਇਆ ਕਹਿੰਦਾ ਕਿ ਮੇਰੇ ਕੋਲ ਹੋਰ ਵੀ ਬੜੇ ਲੋਕੀ ਆਏ ਨੇ ਪਰ ਮੈਨੂੰ ਕਦੀ ਕਿਸੇ ਨੇ ਆ ਨਹੀਂ ਸੀ ਕਿਹਾ ਕਿ ਇਹਦਾ ਜਿਹੜਾ ਪ੍ਰੋਫਿਟ ਆ ਅਸੀਂ ਐਜੂਕੇਸ਼ਨ ਦੇ ਦਵਾਗੇ ਤੇ ਸਾਡੀ 1 ਘੰਟੇ ਦੇ ਵਿੱਚ ਉਹਨਾਂ ਨਾਲ ਗੱਲ ਹੋ ਗਈ ਤੇ ਅਸੀਂ ਟੇਕਓਵਰ ਕਰ ਲਿਆ ਹੁਣ ਅਸੀਂ ਇਹਨੂੰ ਅਫੀਸ਼ੀਅਲੀ ਅਨਾਉਂਸ ਕਰ ਰਹੇ ਹਾਂ ਕਿ ਇਹਦੀ ਜਿਹੜੀ ਆਮਦਨ ਆ ਅਸੀਂ ਵਾਪਸ ਐਜੂਕੇਸ਼ਨ ਖੇਤਰ ਨੂੰ ਦਿਆ ਕਰਾਂਗੇ ਔਰ ਇਹ ਵੱਡੀ ਗੱਲ ਹੈ ਜੀ ਕਿਉਂਕਿ ਬੱਚਿਆਂ ਵਾਸਤੇ ਸਿੱਖਿਆ ਬਹੁਤ ਵੱਡੀ ਚੀਜ਼ ਆ ਕਿਉਂਕਿ ਉਹਦੀ ਨੀਂ ਹੈ ਔਰ ਬੱਚਿਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਹੈਲਪ ਕਰਨਾ ਬਹੁਤ ਵੱਡੀ ਗੱਲ ਆ ਦੇਖੋ ਜੀ ਇੱਕ এডੂਕੇਸ਼ਨ ਇਹੋ ਜੀ ਚੀਜ਼ ਆ ਆਪਾਂ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਸਵਾਰ ਸਕਦੇ ਆ ਤੇ ਹਰ ਇੱਕ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਜੋ ਵੀ ਉਹ ਕਰ ਸਕਣ এডੂਕੇਸ਼ਨ ਵਾਸਤੇ ਉਹਨਾਂ ਨੂੰ ਜ਼ਰੂਰ ਕਰਨਾ ਚਾਹੀਦਾ ਦੇਖੋ এডੂਕੇਸ਼ਨ ਤੋਂ ਵੱਡੀ ਕੋਈ ਚੀਜ਼ ਨਹੀਂ ਹੈਗੀ ਸ਼ੁਕਰੀਆ ਜੀ ਸੋ ਸਭ ਤੋਂ ਪਹਿਲਾਂ ਤਾਂ ਅਸੀਂ ਵਧਾਈਆਂ ਦਿੰਨੇ ਆ ਕਿ ਜਿਹੜਾ ਰਾਜ ਜੀ ਨੇ ਇਹ ਰੈਸਟੋਰੈਂਟ ਹਿਸਟੋਰੀਕਲ ਰੈਸਟੋਰੈਂਟ ਓਨ ਕੀਤਾ ਹੈ ਇਹਦੀ ਸਾਰਾ ਕੁਝ ਸੰਭਾਲ ਲਿਆ ਹੈ ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਜਿਹੜੀ ਇਹਦੀ ਇਨਕਮ ਹੋਏਗੀ ਉਹ ਐਜੂਕੇਸ਼ਨ ਦੇ ਖੇਤਰ ਚ ਬੱਚਿਆਂ ਨੂੰ ਡੋਨੇਟ ਕਰਨ ਦਾ ਇਹਨਾਂ ਦਾ ਜਿਹੜਾ ਪਰਾਲਾ ਹੈ ਉਹ ਵਾਕਈ ਕਾਬਲੇ ਤਾਰੀਫ ਹੈ ਔਰ ਪੰਜਾਬੀਆਂ ਲਈ ਇੱਕ ਬਹੁਤ ਵੱਡੀ ਮਾਨ ਦੀ ਗੱਲ ਹੈ ਕੁਮਾਰ ਸਿੰਘ ਜੀ ਪੀਟੀਸੀ ਨਰ ਮਸਰ ਕੈਲੀਫੋਰਨੀਆ ਕੈਨੇਡਾ ਦੀ ਫੈਡਰਲ ਡਿਬਰਲ ਸਰਕਾਰ ਵੱਲੋਂ ਸਾਲ 2021 ਦੀਆਂ ਚੋਣਾਂ ਤੋਂ ਬਾਅਦ ਆਪਣਾ ਪਹਿਲਾ ਬਜਟ ਪੇਸ਼ ਕੀਤਾ ਗਿਆ ਹੈ ਸਰਕਾਰ ਨੇ ਇਸ ਸਾਲ ਦੇ ਬਜਟ ਵਿੱਚ 52.8 ਬਿਲੀਅਨ ਡਾਲਰ ਦਾ ਕਟਾ ਪ੍ਰੋਜੈਕਟ ਕੀਤਾ ਹੈ ਦੇ ਸਰਕਾਰ ਦਾ ਕਹਿਣਾ ਹੈ ਕਿ 2026-2027 ਦੇ ਵਿੱਚ ਐ ਡੈਫਿਸਟ ਘਟ ਕੇ 8.4 ਬਿਲੀਅਨ ਡਾਲਰ ਹੋ ਜਾਏਗਾ। ਲਿਬਰਲ ਸਰਕਾਰ ਵੱਲੋਂ ਅਗਲੇ 5 ਸਾਲਾਂ ਦੇ ਵਿੱਚ 60 ਬਿਲੀਅਨ ਡਾਲਰ ਦੇ ਨਵੇਂ ਖਰਚੇ ਐਲਾਨੇ ਗਏ ਹਨ। ਕੈਨੇਡਾ ਦੀ ਵਿੱਤ ਮੰਤਰੀ ਅਤੇ ਡਿਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫ੍ਰੀਲੈਂਡ ਨੇ ਇਸ ਸਾਲ ਦੇ ਬਜਟ ਵਿੱਚ ਅਫੋਰਡੇਬਲ ਹਾਊਸਿੰਗ, ਕਲਾਈਮੇਟ, ਡੈਂਟਲ ਕੇਅਰ ਅਤੇ ਯੂਕਰੇਨ ਲਈ ਅਹਿਮ ਸਹਿਯੋਗ ਦਾ ਐਲਾਨ ਕੀਤਾ। ਫੈਡਰਲ ਸਰਕਾਰ ਵੱਲੋਂ ਹਾਊਸਿੰਗ ਲਈ ਅਗਲੇ 5 ਸਾਲਾਂ ਦੇ ਵਿੱਚ 10 ਬਿਲੀਅਨ ਡਾਲਰ ਖਰਚੇ ਜਾਣਗੇ। ਤੇ ਫੋਰਨ ਬਾਇਰਸ ਉਤੇ ਵੀ 2 ਸਾਲ ਦਾ ਬੈਨ ਲਗਾਇਆ ਜਾਏਗਾ ਇਸ ਤੋਂ ਇਲਾਵਾ 1 ਲੱਖ ਨਵੀਆਂ ਹਾਊਸਿੰਗ ਯੂਨਿਟਸ ਬਣਾਉਣ ਲਈ 4 ਬਿਲੀਅਨ ਡਾਲਰ ਦਾ ਹਾਊਸਿੰਗ ਐਕਸਲਰੇਟਰ ਫੰਡ ਲਾਂਚ ਕੀਤਾ ਜਾਏਗਾ ਕੈਨੇਡਾ ਗਰੋਥ ਫੰਡ ਲਈ ਅਗਲੇ 5 ਸਾਲਾਂ ਦੇ ਵਿੱਚ 15 ਬਿਲੀਅਨ ਡਾਲਰ ਖਰਚੇ ਜਾਣਗੇ ਕ੍ਰਿਟੀਕਲ ਮਿਨਰਲ ਸਟ੍ਰੈਟਜੀ ਲਾਗੂ ਕਰਨ ਲਈ ਅਗਲੇ ਸਾਲਾਂ ਦੌਰਾਨ 3.8 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾਏਗਾ ਡਿਫੈਂਸ ਵਿਪਾਗ ਲਈ 8 ਬਿਲੀਅਨ ਡਾਲਰ ਰੱਖੇ ਗਏ ਹਨ ਸਾਈਬਰ ਥ੍ਰੈਟਸ ਦੇ ਨਾਲ ਨਜਿੱਠਣ ਲਈ 5 ਸਾਲਾਂ ਦੌਰਾਨ 875 ਮਿਲੀਅਨ ਡਾਲਰ ਖਰਚੇ ਜਾਣਗੇ ਇਸ ਤੋਂ ਇਲਾਵਾ ਯੂਕਰੇਨ ਨੂੰ ਮਿਲਟਰੀ ਏਡ ਦੇਣ ਲਈ 500 ਮਿਲੀਅਨ ਡਾਲਰ ਖਰਚੇ ਜਾਣਗੇ ਤੇ ਡੈਂਟਲ ਕੇਅਰ ਲਈ ਅਗਲੇ 5 ਸਾਲਾਂ ਦੇ ਵਿੱਚ 5.3 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾਏਗਾ ਇਸ ਦੇ ਨਾਲ ਹੀ ਫੈਡਰਲ ਸਰਕਾਰ ਵੱਲੋਂ ਬੈਂਕਸ ਅਤੇ ਇੰਸ਼ੋਰੈਂਸ ਲਈ ਕਾਰਪੋਰੇਟ ਟੈਕਸ ਦੇ ਵਿੱਚ 1.5 ਪਰਸੈਂਟੇਜ ਪੁਆਇੰਟਸ ਦਾ ਵਾਅਦਾ ਕੀਤਾ ਜਾ ਰਿਹਾ ਹੈ ਆਰ ਇਕਨੋਮੀ Has now recovered 112% of the jobs that were lost during those awful first months. <clears throat> Compared to just 90% in the United States, our employment rate is down to just 5.5%, close to the 5.4% low in 2019. that was Canada's best in five decades <clears throat> our real gdp is more than a full percentage point above where it was before the pandemic ontario the science table they had dr peter junida kehna hai ki as vele 5% ontarians covid-19 dinan par prabhavit han tian wale dinan de vich soobe par de vich har din ਕੋਵਿਡ-19 ਦੇ 1 ਲੱਖ ਤੋਂ ਵੱਧ ਕੇਸਿਸ ਦਰਜ ਕੀਤੇ ਜਾ ਸਕਦੇ ਨੇ ਡਾਕਟਰ ਪੀਟਰ ਯੂਨੀ ਦਾ ਕਹਿਣਾ ਹੈ ਕਿ ਕਰੋਨਾ ਵਾਇਰਸ ਦੇ ਨਾਲ ਹਸਪਤਾਲ ਦੇ ਵਿੱਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਪੈਂਡੈਮਿਕ ਨਿਯਮਾਂ ਦੇ ਵਿੱਚ ਟਿਲ ਦਿੱਤੇ ਜਾਣ ਤੋਂ ਬਾਅਦ ਕੋਵਿਡ-19 ਸੰਬੰਧੀ ਮਾਮਲੇ ਮੁਰ ਤੋਂ ਤੇਜ਼ੀ ਦੇ ਨਾਲ ਵਧਨੇ ਸ਼ੁਰੂ ਹੋ ਗਏ ਹਨ ਜਿਸ ਦੇ ਚੱਲਦਿਆਂ ਮਾਹਰ ਸਰਕਾਰ ਨੂੰ ਜ਼ਰੂਰੀ ਕਾਰੋਬਾਰਾਂ ਤੇ ਸਕੂਲਾਂ ਦੇ ਵਿੱਚ ਫੇਸ ਮਾਸਕ ਲਾਜ਼ਮੀ ਕਰਨ ਦੀ ਮੰਗ ਵੀ ਕਰ ਰਹੇ ਨੇ ਏਅਰ ਕੈਨੇਡਾ ਵੱਲੋਂ 2 ਜੂਨ ਤੋਂ 8 ਸਤੰਬਰ ਤੱਕ ਦਿੱਲੀ ਤੇ ਵੈਂਕੂਵਰ ਦਰਮਿਆਨ ਆਪਣੀਆਂ ਫਲਾਈਟਾਂ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਫੈਸਲਾ ਰਸ਼ੀਆ ਤੇ ਯੂਕਰੇਨ ਦੀ 에ਅਰ ਸਪੇਸ ਵਿੱਚ ਮੌਜੂਦ ਰੀਫਿਊਲਿੰਗ ਸਟਾਪ ਉਤੇ ਜਾਣ ਤੋਂ ਬਚਣ ਲਈ ਕੀਤਾ ਗਿਆ ਹੈ। 에ਅਰਲਾਈਨ ਨੇ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਆਖਿਆ ਕਿ ਇਸ ਅਰਸੇ ਦੌਰਾਨ 에ਅਰ ਕੈਨੇਡਾ ਭਾਰਤ ਅਤੇ ਕੈਨੇਡਾ ਦਰਮਿਆਨ 11 ਹਫਤਾਵਰੀ ਉਡਾਨਾਂ ਜਾਰੀ ਰੱਖੇਗੀ ਜੋ ਕਿ ਟੋਰਾਂਟੋ ਤੇ ਮੌਂਟਰੀਅਲ ਦਰਮਿਆਨ ਹੋਣਗੀਆਂ। ਤੇ ਇਹਨਾਂ ਰੂਟਸ ਲਈ ਵੱਖਰੇ ਹਵਾਈ ਸਪੇਸ ਦੀ ਵਰਤੋਂ ਕੀਤੀ ਜਾਏਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇ ਯਾਤਰੀਆਂ ਨੇ 2 ਜੂਨ ਅਤੇ 6 ਸਤੰਬਰ ਦਰਮਿਆਨ ਵੈਂਕੂਵਰ ਤੋਂ ਦਿੱਲੀ ਜਾਣਾ ਸੀ ਜਾਂ ਫਿਰ 4 ਜੂਨ ਤੋਂ 8 ਸਤੰਬਰ ਦਰਮਿਆਨ ਦਿੱਲੀ ਤੋਂ ਵੈਂਕੂਵਰ ਜਾਣਾ ਸੀ ਤਾਂ ਤੁਹਾਨੂੰ ਬਿਨਾਂ ਕਿਸੇ ਐਕਸਟਰਾ ਫੀਸ ਦੇ ਬਦਲੀਆਂ ਫਲਾਈਟਸ ਉੱਤੇ ਰੀਸਕੇਜੂਲ ਕਰ ਦਿੱਤਾ ਜਾਏਗਾ ਜੇ ਯਾਤਰੀਆਂ ਨੇ ਕਿਸੇ ਟਰੈਵਲ ਏਜੰਸੀ ਜਾਂ ਫਿਰ ਵੈਬਸਾਈਟ ਤੋਂ ਟਿਕਟ ਖਰੀਦੀ ਹੈ ਤੇ ਉਹ ਅਗਲੇ ਸਕੇਜੂਲ ਬਾਰੇ ਇਹਨਾਂ ਕੰਪਨੀਆਂ ਨਾਲ ਸਿੱਧਾ ਸੰਪਰਕ ਕਰਨ ਏਅਰ ਕੈਨੇਡਾ ਨੇ ਐਵੀ ਆਖਿਆ ਹੈ ਕਿ 6 ਸਤੰਬਰ ਤੋਂ ਵੈਂਕੂਵਰ ਅਤੇ ਦਿੱਲੀ ਦਰਮਿਆਨ ਨਾਨ-ਸਟਾਪ ਉਡਾਨਾਂ ਮੁੜ ਸ਼ੁਰੂ ਕੀਤੀਆਂ ਜਾਣਗੀਆਂ। ਏਅਰ ਕੈਨੇਡਾ ਵੱਲੋਂ ਗਲੋਬਲ ਸਥਿਤੀ ਉਤੇ ਬਰੀਕੀ ਦੇ ਨਾਲ ਨਜ਼ਰ ਰੱਖੀ ਜਾ ਰਹੀ ਹੈ ਤੇ ਜੇ ਹਾਲਾਤ ਇਜਾਜ਼ਤ ਦੇਣਗੇ ਤਾਂ ਵੈਂਕੂਵਰ-ਦਿੱਲੀ ਰੂਟ ਉਤੇ ਉਡਾਨਾਂ ਜਲਦ ਹੀ ਸ਼ੁਰੂ ਕੀਤੀਆਂ ਜਾ ਸਕਦੀਆਂ ਨੇ। ਭਾਰਤ ਤੋਂ ਹਾਲ ਹੀ ਦੇ ਵਿੱਚ ਕੈਨੇਡਾ ਪਹੁੰਚੇ ਤਿੰਨ ਹਜ਼ੂਰੀ ਰਾਗੀ ਟੋਰਾਂਟੋ ਦੇ ਸਿਕਸ ਸਪਿਰਚੁਅਲ ਸੈਂਟਰ ਤੋਂ ਫਰਾਰ ਹਨ। ਇਸੇ ਸੰਬੰਧੀ ਅਸੀਂ ਗੱਲਬਾਤ ਕੀਤੀ। ਸਿਕਸ ਸਪਿਰਚੁਅਲ ਸੈਂਟਰ ਦੇ ਪ੍ਰਧਾਨ ਅਮਰਜੀਤ ਸਿੰਘ ਦਿਹੋਲ ਦੇ ਨਾਲ ਇਸ ਫੇਲੇ ਸੱਜਣਲ ਮੌਜੂਦ ਹਨ ਸਿਕ ਸਪਿਰਚੁਅਲ ਸੈਂਟਰ ਦੇ ਪ੍ਰਧਾਨ ਅਮਰਜੀਤ ਸਿੰਘ ਦੇਵ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਪੀਟੀਸੀ ਪੰਜਾਬੀ ਤੇ ਅਮਰਜੀਤ ਜੀ ਤੁਹਾਡੇ ਤੋਂ ਜਾਨਣਾ ਚਾਹਵਾਂਗੇ ਹਾਲ ਹੀ ਦੇ ਵਿੱਚ ਸੁਣਨ ਚਾਇਆ ਕਿ ਰਾਗੀ ਆਏ ਸੀਗੇ ਇੰਡੀਆ ਤੋਂ ਤੇ ਉਹ ਇੱਥੇ ਆ ਕੇ ਫਰਾਰ ਹੋ ਗਏ ਨੇ ਪੂਰਾ ਮਾਮਲਾ ਕੀ ਹੈਗਾ ਉਮਰਾ ਪੂਰਾ ਮਾਮਲਾ ਇਹ ਹੈ ਜੀ ਜਦੋਂ ਸਾਡੇ ਕੋਲ ਉਹਨਾਂ ਨੇ ਰਾਧਾਰੀ ਲਈ ਸੀਗੇ ਤੇ ਉਹਨਾਂ ਨੇ ਕਿਹਾ ਸੀ ਵੀ ਅਸੀਂ ਹਜੂਰੀ ਰਾਗੀ ਜੱਥਾ ਹੈਗਾ ਆ ਦਰਬਾਰ ਸਾਹਿਬ ਕੀਰਤਨ ਕਰਦੇ ਆਂ ਉਹ ਪਹਿਲਾਂ ਵੀ 3 ਸਾਲ ਪਹਿਲਾਂ ਵੀ ਆ ਚੁੱਕਿਆ ਸੀ ਉਦੋਂ ਵੀ ਉਹ ਇਹੀ ਦੱਸਦਾ ਸੀ ਤੇ ਅਸੀਂ ਉਹਨਾਂ ਨੂੰ ਰਾਹਦਾਰੀ ਭੇਜਤੀ 5 ਤਰੀਕ ਨੂੰ ਉਹ ਜੈ 에ਅਰ ਇੰਡੀਆ ਦੇ ਉੱਤੇ 9 ਵਜੇ ਇਥੋਂ 에ਅਰਪੋਰਟ ਤੋਂ ਉਤਰਿਆ ਤੇ ਸਿੱਧੇ ਗੁਰਦਰਾ ਸਾਹਿਬ ਪਹੁੰਚ ਗਏ ਇੱਥੇ ਆ ਕੇ ਨਹਾਤੋ ਕੇ ਸੁੱਤੇ ਸੌਣ ਤੋਂ ਬਾਅਦ ਦੁਪਹਿਰ ਨੂੰ ਉੱਠੇ ਆ ਉੱਠ ਕੇ ਬਾਹਰ ਨੂੰ ਚਲੇ ਗਏ ਮੁੜ ਕੇ ਉਹ ਵਾਪਸ ਨਹੀਂ ਮੁੜੇ ਆਪਣਾ ਸਮਾਨ ਸਹੁੰ ਜਾ ਇਥੋਂ ਜਿਹੜਾ ਹੁਣ ਵੇਖਿਆ ਸੀ ਦੁਬਾਰਾ ਚੈੱਕ ਕੀਤਾ ਆਪਣੇ ਲੀਡਾ ਲੱਤ ਲੈ ਕੇ ਕੱਢ ਗਏ ਪੇਪਰ ਪੂਪਰ ਸਾਰੇ ਲੈ ਕੇ ਕੱਢ ਗਏ ਤੇ ਬਹੁਤ ਮਾੜੀ ਗੱਲ ਹੈ ਮਦ ਭਾਗੀ ਆ ਕਿ ਜਿਹੜਾ ਦਰਬਾਰ ਸਾਹਿਬ ਨੂੰ ਹ ਹਜੂਰੀ ਰਾਗੀ ਕਹ ਕੇ ਬਦਨਾਮ ਕਰਨਾ ਇਹਨਾਂ ਲੋਕਾਂ ਨੇ ਆਪਣਾ ਕ੍ਰਾਈਟਰੀਆ ਜਿਹੜਾ ਉਹ ਇੱਥੋਂ ਤੱਕ ਗੇਰਤਾ ਥੱਲੇ ਦੇਖਦਾ ਹੈ ਕਿ ਲੋਕਾਂ ਨੂੰ ਹੁਣ ਕੀ ਕਹੀਏ ਅਸੀਂ ਕਿ ਸਾਡਾ ਜਿਹੜਾ ਸਿੱਖੀ ਦਾ ਅਸੀਂ ਕੀ ਪ੍ਰਚਾਰ ਕਰਾਂਗੇ ਕੀ ਅਸੀਂ ਸਿੱਖੀ ਨੂੰ ਜਵ ਵਧਾਵਾਂਗੇ ਜੇ ਸਾਡੇ ਹਜੂਰੀ ਰਾਗੀ ਜਿੱਥੇ ਜਿਹੜੇ ਇਸ ਤਰ੍ਹਾਂ ਕਰਨ ਲੱਗ ਪਜਣ ਲੱਗ ਪਏ ਤਾਂ ਤੇ ਬਹੁਤ ਮਾੜੀ ਗੱਲ ਹੈ ਜੀ ਇਹਨਾਂ ਦੀ ਜਿਹੜੇ ਇਹ ਭੱਜ ਗਏ ਆ ਇਹਨਾਂ ਦਾ ਨਾਂ ਸੀਗਾ ਰਾਮਪੁਰਾ ਗਲਦੀਪ ਸਿੰਘ ਰਾਮਪੁਰਾ ਸਤਨਾਮ ਸਿੰਘ ਤੇਜਿੰਦਰ ਸਿੰਘ ਮੈਂ ਬੇਨਤੀ ਕਰਾਂਗਾ ਸਾਥ ਸੰਗ ਨੂੰ ਵੀ ਜਿਹੜਾ ਕਾਰਵਾਈ ਅਸੀਂ ਸ਼੍ਰੋਣੀ ਕਮੇਟੀ ਦੇ ਨਾਲ ਅਸੀਂ رابطہ ਰੱਖਿਆ ਹੈ ਅਸੀਂ ਕੋਸ਼ਿਸ਼ ਕਰਾਂਗੇ ਅੱਜ ਉਹਨਾਂ ਨੂੰ ਲੈਟਰ ਲਿਖ ਕੇ ਤੇ ਇਹਨੂੰ ਟਰਮੀਨੇਟ ਕਰਾਇਆ ਜਾਵੇ ਤੇ ਇਹਦਾ ਜਿਹੜਾ ਕੁਆਟਰ ਖਾਲੀ ਕਰਾਇਆ ਜਾਣੇ ਦੇ ਤੇ ਬਾਕੀ ਵੀ ਤਾਂ ਕਿ ਬਾਕੀ ਜਥਿਆਂ ਵਿੱਚ ਦੂਜਾ ਸਾਬਕਾ ਜੇ ਵੀ ਕਿਵੇਂ ਦੂਜਾ ਇੱਥੋਂ ਭੱਜਦਾ ਹੈ ਬਦਨਾਮੀ ਕਰਾਉਣੀ ਹੈ ਸਿੱਖ ਕੌਮ ਦੀ ਕਿਵੇਂ ਬਦਨਾਮੀ ਕਰਾਈ ਜਾਂਦੀ ਹੈ ਉਹਦਾ ਇਹਨਾਂ ਨੂੰ ਕੋਹਨਾਂ ਤੋਂ ਕੋਈ ਨਾ ਕੋਤਾ ਇਹਨਾਂ ਨੂੰ ਦੂਜਾ ਸਾਥ ਖਮਿਲਣਾ ਚਾਹੀਦਾ ਤੇ ਦੂਜੀ ਗੱਲ ਇਹ ਆ ਵੀ ਇੱਥੇ ਜਿਹੜੇ ਵੀ ਐਸੇ ਕੋਈ ਵੀ ਆਪਣੇ ਬਿਜ਼ਨਸ ਭਰਾ ਹੈਗੇ ਆ ਜਾਂ ਸਾਧ ਸੰਗਤ ਅਸੀਂ ਫੋਟੋ ਵੀ ਪਾਈ ਆ ਟੀਵੀ ਤੇ ਵੀ ਪਾਈ ਆ ਅਸੀਂ ਪੇਪਰਾਂ 'ਚ ਪਾਈ ਆ ਜਿਹੜਾ ਵੀ ਕੋਈ ਇਹਨਾਂ ਨੂੰ ਦੇਖਦਾ ਜ਼ਰੂਰ ਇਹਨਾਂ ਨੂੰ ਪਹਿਲੀ ਗੱਲ ਤਾਂ ਇਹਨਾਂ ਨੂੰ 6 ਮਹੀਨੇ ਨੇ ਕੋਈ ਵੈਜਟਰ ਵੀ ਜਾ ਐਜੇ ਪ੍ਰੀਸਟ ਵੀ ਜਾ ਹੈਗਾ ਉਹ ਕੋਈ ਕੰਮ ਨਹੀਂ ਕਰ ਸਕਦੇ ਕੈਨੇਡਾ 'ਚ ਇਹਨਾਂ ਨੂੰ ਕੈਸ਼ ਦੇ ਉੱਤੇ ਕੋਈ ਵੀ ਕੰਮ ਨਾ ਦੇਵੇ ਸਾਡੀ ਇੱਕ ਬੇਨਤੀ ਹੈ ਬਿਜ਼ਨਸ ਵਾਲੇ ਭਰਾਵਾਂ ਨੂੰ ਦੂਜਾ ਹੈ ਵੀ ਜਿਹੜਾ ਵੀ ਇਹਨਾਂ ਨੂੰ ਕੋਈ ਵੇਖਦਾ ਹੈ ਸਾਡੇ ਤੱਕ ਉਹ ਤਲਾਹ ਦੇਵੇ ਵੀ ਕਿੱਥੇ ਰਹਿੰਦੇ ਆ ਕਿਹਦੇ ਕੋਲੇ ਆ ਕਿਵੇਂ ਆ ਸਾਨੂੰ ਤਾਂ ਕਿ ਅਸੀਂ ਵੰਦੀ ਕਾਰਵਾਈ ਕੀਤੀ ਜਾਵੇ ਅਸੀਂ ਪੁਲਿਸ ਦੇ ਵੀ ਰਿਪੋਰਟਾ ਜਿਹੜਾ ਕਰ ਰਹੇ ਆ ਅੱਜ ਤਾਂ ਕਿ ਇਹਨਾਂ ਤੇ ਦੋ ਚਾਰ ਜਿਹੜਾ ਵੀ ਧਾਰਾ ਲੱਗ ਸਕਦੀ ਹੈ ਭਾਵੇਂ ਉਹ 420 ਹੀ ਹੋਵੇ ਜਾਂ ਕੋਈ ਵੀ ਐਕਚੁਅਲੀ ਇਹ 420 ਕੀਤੀ ਗੁਰਦਾਰੇ ਨੇ ਤਾਂ 420 ਕਰਕੇ ਗਏ ਉਹ ਤੇ ਮੈਂ ਬੇਨਤੀ ਕਰਾਂਗਾ ਕਿ ਜਿਹੜੇ ਵੀ ਜੱਥੇ ਅੱਗੇ ਤੋਂ ਕੋਈ ਵੀ ਗੁਰਦਾਰਾ ਸਾਦਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਥਰੂ ਛੱਜਿਆ ਜਾਵੇ ਉਹਨਾਂ ਤੋਂ ਉਹਨਾਂ ਨੂੰ ਭੇਜੇ ਜਾਣ ਇਹਨਾਂ ਦੇ ਪੇਪਰ ਉਹ ਇਹਨਾਂ ਨੂੰ ਰეკਮੈਂਡ ਕਰਨ ਕੇ ਜਾਣ ਜਿਹੜਾ ਕਿ ਉੱਥੇ ਇਹਨਾਂ ਦਾ ਇੰਤਜ਼ਾਮ ਹੋਵੇ ਇਹਨਾਂ ਬਾਰੇ ਕੋਈ ਵੀ ਆਫੀਸ਼ੀਅਲ ਵਗੈਰਾ ਇਹਨਾਂ ਤੋਂ ਲਿਆ ਜਾਵੇ ਕੋਈ ਵੀ ਜਿਹੜਾ ਭਜੂਗਾ ਉਹਦੀ ਜਿਹੜੀ ਹੈ ਉੱਥੇ ਬੇਸ਼ੱਕ ਉਹਨਾਂ ਤੋਂ ਜੋ ਵੀ ਕੰਮ ਦੀ ਕਾਰਵਾਈ ਕੀਤੀ ਜਾਵੇ ਪੰਜਾਬੀ ਫਿਲਮ ਗਲ ਵਕੜੀ 8 ਅਪ੍ਰੈਲ ਨੂੰ ਵਰਲਡਵਾਈਡ ਰਿਲੀਜ਼ ਹੋਣ ਜਾ ਰਹੀ ਹੈ ਤੇ ਇਸ ਫਿਲਮ ਦੇ ਵਿੱਚ ਮੁੱਖ ਭੂਮਿਕਾ ਤਰਸੇਮ ਜਸਰ ਤੇ ਵਾਮਿਕਾ ਗੱਬੀ ਨੇ ਭਾਰੇ ਹਨ ਇਸ ਫਿਲਮ ਦਾ ਪ੍ਰੀਮੀਅਰ ਬ੍ਰਾਮਟਨ ਦੇ ਵਿੱਚ ਕੀਤਾ ਗਿਆ ਤੇ ਲੋਕਾਂ ਨੇ ਇਸ ਫਿਲਮ ਨੂੰ ਬੇਹੱਦ ਪਸੰਦ ਕੀਤਾ ਨਵੀਂ ਪੰਜਾਬੀ ਫਿਲਮ ਗਲ ਵਕੜੀ 8 ਅਪ੍ਰੈਲ ਨੂੰ ਵਰਲਡਵਾਈਡ ਰਿਲੀਜ਼ ਹੋਣ ਜਾ ਰਹੀ ਹੈ ਤੇ ਰੋਮਾਂਟਿਕ ਕਾਮੇਡੀ ਜਨਰ ਦੀ ਇਸ ਫਿਲਮ ਵਿੱਚ ਅਦਾਕਾਰ ਤੇ ਗਾਇਕ ਤਰਸੇਮ ਜਸਰ ਤੇ ਅਦਾਕਾਰਾ ਵਾਮਿਕਾ ਗੱਬੀ ਮੁੱਖ ਭੂਮਿਕਾ ਨਿਭਾ ਰਹੇ ਹਨ ਤੇ ਬ੍ਰੈਮਟਨ ਦੇ ਸਿਲਵਰ ਸਿਟੀ ਸਿਨੇਪਲੈਕਸ ਦੇ ਵਿੱਚ ਇਸ ਫਿਲਮ ਦੀ ਸਪੈਸ਼ਲ ਸਕਰੀਨਿੰਗ ਰੱਖੀ ਗਈ ਸੀ ਇਸ ਫਿਲਮ ਦੇ ਵਿੱਚ ਤਰਸੀਮ ਜਸਰ ਜਗਤੇਸ਼ਵਰ ਦਾ ਕਿਰਦਾਰ ਨਿਭਾ ਰਹੇ ਹਨ ਜੋ ਕਾਫੀ ਸਾਫ ਸਫਾਈ ਤੇ ਡਿਸਪਲਿਨ ਰੱਖਦੇ ਨੇ ਤੇ ਵਾਮਿਕਾ ਗੱਬੀ ਡਿਸਪਲਿਨ ਪਰਿਵਾਰ ਨੂੰ ਬਦਲਣ ਲਈ ਕਦਮ ਰੱਖਦੀ ਹੈ ਬਹੁਤ ਵਧੀਆ ਮੂਵੀ ਆ ਜੀ ਸਾਰੇ ਜਣੇ ਵੇਖੋ ਸਿਨੇਮੇ ਚ ਆ ਕੇ ਔਰ ਡਿਫਰੈਂਟ ਹੈ ਬੜੇ دیر ਬਾਅਦ ਸਿਨੇਮੇ ਦੁਬਾਰਾ ਖੁੱਲੇ ਨੇ ਤੇ ਆਓ ਫਿਰ ਦੁਬਾਰਾ ਇੱਕ ਵਾਰ ਫਿਰ ਜਿਵੇਂ ਪਹਿਲਾਂ ਸਿਨੇਮੇ ਚ ਰੌਣਕਾਂ ਲਾਉਂਦੇ ਸੀ ਕਰ ਲਵਣੀ ਸ਼ੁਰੂ ਕਰੀਏ ਆਮ ਸ਼ੋਰ ਕਿ ਤੁਸੀਂ ਇੰਜੋਏ ਕਰੋਗੇ ਇਹ ਮੂਵੀ ਬਹੁਤ ਹੀ ਵਧੀਆ ਸੀਗੀ ਬਿਲਕੁਲ ਸਾਰੇ ਪਰਿਵਾਰ ਨਾਲ ਦੇਖਣ ਵਾਲੀ ਮੂਵੀ ਆ ਤੇ ਜਿੱਦਾਂ ਕਿ ਇਸ ਮੂਵੀ ਦੇ ਮੈਨੂੰ ਲੱਗਿਆ ਕਿ ਬਹੁਤ ਚਿਰ ਬਾਅਦ ਮੈਂ ਇਦਾਂ ਦੀ ਪੰਜਾਬੀ ਮੂਵੀ ਦੇਖੀ ਜਿਹਦੇ ਵਿੱਚ ਸਾਰਾ ਕੁਝ ਹੀ ਸੀਗਾ ਕਹਿਣ ਦਾ ਮਤਲਬ ਹੈ ਚਾਹੇ ਉਹ ਕਾਮੇਡੀ ਆ ਚਾਹੇ ਪਿਆਰ ਹੈ ਚਾਹੇ ਪਰਿਵਾਰ ਦੇ ਨਾਲ ਕਿਦਾਂ ਪਰਿਵਾਰ ਇਕਜੁੱਟ ਰੱਖਣਾ ਜਾਂ ਕਿਦਾਂ ਹਨਾ ਤੇ ਕਿਤਾਬਾਂ ਨੇਚਰ ఎవਰੀਥਿੰਗ ਇਜ਼ देयर ਆਈ ਥਿੰਕ ਤੇ ਜਸਰ ਭੱਜ ਦੀਆਂ ਮੂਵੀਆ ਵੈਸੇ ਵੀ ਬਹੁਤ ਵਧੀਆ ਹੁੰਦੀਆਂ ਬਟ ਥਿਸ ਇਜ਼ ਵੈਰੀ ਵੈਰੀ ਗੁੱਡ ਮੂਵੀ ਮੈਂ ਤਾਂ ਕਹੂੰਗਾ ਸਾਰੇ ਜਣੇ ਪਰਿਵਾਰ ਦੇ ਨਾਲ ਇਸ ਮੂਵੀ ਨੂੰ ਆਪਾਂ ਨੂੰ ਸਾਰਿਆਂ ਨੂੰ ਦੇਖਣਾ ਚਾਹੀਦਾ। ਹਾਂਜੀ ਥੈਂਕ ਯੂ ਜੀ ਸਾਰੀ ਸਾਡੀ ਟੀਮ ਦੇ ਵੱਲੋਂ ਅਸੀਂ ਤਰਸੀਮ ਜੱਸਰ ਹੋਰਾਂ ਨੂੰ ਵੈਲੀ ਜੰਦਾ ਦੀ ਟੀਮ ਨੂੰ ਮਨਪ੍ਰੀਤ ਬਾਈ ਹੋਰਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ। ਸੁਲੰਬੇ ਸਮੇਂ ਬਾਅਦ ਫਿਲਮ ਇੱਕ ਫੇਰ ਦੁਬਾਰਾ ਪੰਜਾਬੀ ਦੀ ਦੇਖਣ ਦਾ ਮੌਕਾ ਮਿਲਿਆ ਤੇ ਤਰਸੀਮ ਬਾਈ ਨੂੰ ਉਹਨਾਂ ਦੀ ਜਿੱਥੇ ਕਹਿ ਲਈ ਕਿ ਉਹਨਾਂ ਦੀ ਡ्रेसਿੰਗ ਸੈਂਸ ਹਮੇਸ਼ਾ ਉਹ ਅਟਰੈਕਸ਼ਨ ਦਾ ਕਹਿ ਲਈ ਕਿ ਇਹ ਸਾਰੇ ਨੇ ਸੋ ਉਹਨਾਂ ਨੇ ਇਸ ਫਿਲਮ ਦੇ ਵਿੱਚ ਵੀ ਬਹੁਤ ਸੋਹਣੀ ਡ्रेसਿੰਗ ਸੈਂਸ ਹੈ। ਚੰਗਾ ਲੱਗਿਆ ਹੁਣ ਜਿਹੜੇ ਉਹਨਾਂ ਦੇ ਫੈਨਸ ਨੇ ਉਹ ਹਮੇ ਤਰਸੀਮ ਜੋ ਸਰਦੀ ਗਾਇਕੀ ਦੇ ਨਾਲ-ਨਾਲ ਉਹਨਾਂ ਦੇ ਡ्रेसਿੰਗ ਸੈਂਸ ਨੂੰ ਵੀ ਪਸੰਦ ਕਰਦੇ ਆ ਸੋ ਇੱਥੇ ਵੀ ਇਸ ਫਿਲਮ ਦੇ ਵਿੱਚ ਵੀ ਤੁਸੀਂ ਤਰਸੀਮ ਹੋਰਾਂ ਦੇ ਵਧੀਆ ਕੱਪੜੇ ਵਧੀਆ ਪੱਗਾਂ ਉਹਨਾਂ ਦੀ ਟੌਰ ਉਹ ਵੀ ਦੇਖਣੀ ਹੈ ਨਾਲ ਇੱਕ ਚੰਗਾ ਸੁਨੇਹਾ ਸੋ ਉਹਦੇ ਵਿੱਚ ਜਿੱਥੇ ਸਾਡੀ ਲਾਈਫ ਦੇ ਡਿਫਰੈਂਟ ਸ਼ੇਡਸ ਦੀ ਗੱਲ ਕੀਤੀ ਹੈ ਜਿੱਥੇ ਰੂਲਸ ਐਂਡ ਰੈਗੂਲੇਸ਼ਨਸ ਉੱਥੇ ਨਾਲ ਦੀ ਨਾਲ ਬੇਪਰਵਾਹੀਆਂ ਦੀ ਗੱਲ ਸੋ ਸਾਡੇ ਜੀਵਨ ਦੇ ਵਿੱਚ ਜਿਹੜੇ ਬੈਲੈਂਸ ਦੀ ਗੱਲ ਕਰਦੇ ਹੋਏ ਇਸ ਫਿਲਮ ਨੂੰ ਇੱਕ ਚੰਗੇ ਸੁਨੇਹੇ ਦੇ ਨਾਲ ਅੱਗੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਜ਼ਰੂਰ ਆਪਣੇ ਪਰਿਵਾਰਾਂ ਦੇ ਨਾਲ ਇਸ ਫਿਲਮ ਨੂੰ ਦੇਖਣ ਲਈ ਆਓ ਉਮੀਦ ਕਰਦੇ ਹਾਂ ਤੁਹਾਨੂੰ ਵੀ ਚੰਗੀ ਲੱਗੇਗੀ ਬਹੁਤ ਮਿਹਰਬਾਨੀ ਜੀ ਤੇ ਸਾਰੀ ਟੀਮ ਨੂੰ ਇੱਕ ਵਾਰ ਫਿਰ ਬਹੁਤ ਬਹੁਤ ਸ਼ੁਭਕਾਮਨਾਵਾਂ ਮੂਵੀ ਭਾਜੀ ਬਹੁਤ ਵਧੀਆ ਪੰਜਾਬੀ ਦੀ ਮੂਵੀ ਕਾਫੀ ਹਟਕੇ ਮੂਵੀ ਬਣੀ ਆ ਆਮ ਪੰਜਾਬੀ ਮੂਵੀਆਂ ਨਾਲੋਂ ਬਹੁਤ ਵਧੀਆ ਦੋਨਾਂ ਦੀ ਕੈਮਿਸਟਰੀ ਬਹੁਤ ਵਧੀਆ ਪਰ ਸੇਮ ਜੁਸਟ ਬਹੁਤ ਹੀ ਜ਼ਿਆਦਾ ਚਚਿਆ ਔਰ ਪੂਰੀ ਫੈਮਿਲੀ ਔਰੀਐਂਟਡ ਮੂਵੀ ਆ ਹਰ ਇੱਕ ਬੰਦੇ ਨੂੰ ਆਪਣੇ ਪਰਿਵਾਰ ਦੇ ਵਿੱਚ ਸਾਰੇ ਪਰਿਵਾਰਾਂ ਨੂੰ ਆ ਕੇ ਇਹ ਮੂਵੀ ਦੇਖਣੀ ਚਾਹੀਦੀ ਆ ਪੀਡੀਸੀ ਚੈਨਲ ਦੇ ਸਾਰੇ ਸ਼ਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਮੂਵੀ ਸੀਗੀ ਜੀ ਸਭ ਤੋਂ ਵਧੀਆ ਗੱਲ ਇਸ ਮੂਵੀ ਦੀ ਸੀਗੀ ਜੀ ਵੀ ਕਾਮੇਡੀ ਦਾ ਤੇ ਇਮੋਸ਼ਨਸ ਦਾ ਬਹੁਤ ਵਧੀਆ ਤਾਲਮੇਲ ਸੀਗਾ ਵੈਲ ਕਨੈਕਟਡ ਸੀਗੀ ਮੂਵੀ ਤੇ ਪੰਜਾਬੀ ਲੈਂਗੁਏਜ ਦਾ ਸਹੀ ਉਪਯੋਗ ਕੀਤਾ ਗਿਆ ਜਿਹੜੇ ਬੋਲ ਸੀਗੇ ਸ਼ਬਦ ਸੀਗੇ ਸ਼ਬਦਾਵਲੀ ਬਹੁਤ ਪਿਆਰੀ ਸੀਗੀ ਬਹੁਤ ਵਧੀਆ ਲੱਗਿਆ ਪਰਿਵਾਰ ਨਾਲ ਆਏ ਆ ਜੀ ਬਹੁਤ ਵਧੀਆ ਲੱਗਿਆ ਤੇ ਅਸੀਂ ਤਾਂ ਸਪੈਸ਼ਲੀ ਨਿਊਜ਼ੀਲੈਂਡ ਤੋਂ ਆਏ ਆ ਤੇ बस ਜਦੋਂ ਵੀਜ਼ੇ ਖੁੱਲੇ ਸਾਡੇ ਅਸੀਂ ਬਸ ਚੱਲੇ ਪਏ ਤੈਨੂੰ ਅਕੇ ਪਰਿਵਾਰ ਨੂੰ ਮਿਲੀਏ ਤੇ ਇੱਧਰ ਪਰਿਵਾਰਕ ਫਿਲਮ ਦੇਖ ਕੇ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਮਨਮੋਨ ਜੀ ਬਹੁਤ ਵਧੀਆ ਪਰਿਵਾਰਕ ਫਿਲਮ ਤੇ ਮੈਨੂੰ ਲੱਗਦਾ ਸਾਰਿਆਂ ਜਨਾਂ ਨੂੰ ਜਾ ਕੇ ਆਪਣੀ ਫੈਮਲੀ ਨਾਲ ਇੰਜੋਏ ਕਰਕੇ ਆਉਣਾ ਚਾਹੀਦਾ ਆਈ ਲਵਡ ਦ ਬਹੁਤ ਕਿਊਟ ਜੀ ਲਵ ਸਟੋਰੀ ਹੈ ਜੀ ਅੱਗੇ ਐਕਸਪੈਂਡ ਕਰਨਾ ਚਾਹੁੰਦਾ ਜੀ ਆ ਇੱਕ ਸਪੈਸ਼ਲੀ ਮੈਨੂੰ ਇੱਕ ਥੋੜਾ ਜਿਹਾ ਮੇਰਾ ਪਰਸਨਲ ਫੇਵਰਿਟ ਜਗਤੇਸ਼ਵਰ ਆ ਕਿਉਂਕਿ ਉਹਨੂੰ OCD ਆ ਤੇ ਮੈਨੂੰ ਵੀ OCD ਆ ਹਾਲਾਂਕਿ ਜਗਤੇਸ਼ਵਰ ਜਿੰਨੀ ਨਹੀਂ ਆ ਉਹਨਾਂ ਦੀ ਤਾਂ ਥੋੜੀ ਜ਼ਿਆਦਾ ਸਟਰੋਂਗ ਆ ਤੇ ਸੀਰੀਅਸ ਆ ਮੈਨੂੰ ਮਾਈਲਡ OCD ਆ ਸੋ ਮੈਂ ਬਹੁਤ ਰਿਲੇਟ ਕਰ ਪਾ ਰਹੀ ਸੀ ਕੈਰੈਕਟਰ ਨਾਲ ਕਿਉਂਕਿ ਉਹ ਚੀਜ਼ਾਂ ਨੂੰ ਇਦਾਂ ਰੱਖਣਾ ਤੇ ਸਾਫ ਸਫਾਈ ਸੋ ਆਮ ਲਾਈਕ ਦੈਟ ਅੱਜ ਮੈਂ ਆਪਣੀ ਪੋਲ ਖੋਲhti ਤੇ ਪਰ ਮੈਨੂੰ ਬਹੁਤ اچھا ਲੱਗਾ ਅੰਬਰ ਦਾ ਕੈਰੈਕਟਰ ਵੀ ਬਹੁਤ ਪਿਆਰਾ ਮੈਨੂੰ ਵਾਰਮਿਕਾ ਬਹੁਤ ਪਸੰਦ ਨੇ ਸ਼ੀ ਇਜ਼ ਅ ਲਵਲੀ ਐਕਟਰੈਸ ਬਹੁਤ ਸੋਹਣੇ ਲੱਗ ਰਹੇ ਨੇ ਮੂਵੀ ਚ ਉਹ ਹਮੇਸ਼ਾ ਹੀ ਸੋਹਣੇ ਲੱਗਦੇ ਨੇ ਪਰ ਹੋਰ ਵੀ ਸੋਹਣੇ ਲੱਗ ਰਹੇ ਨੇ ਤੇ ਦੋਵਾਂ ਦਾ ਕਪਲ ਵੀ ਬੜਾ ਕਿਊਟ ਲੱਗ ਰਿਹਾ ਮਤਲਬ ਆਈ ਥਿੰਕ ਸਾਰਿਆਂ ਜਣੇ ਨੂੰ ਜਾ ਕੇ ਆਪਣੇ ਨਿਆਣੇ ਨੂੰ ਲੈ ਕੇ ਜਾਓ ਚਾਹੇ ਉਹ ਡੈਨ ਨੂੰ ਲੈ ਕੇ ਜਾਓ ਸਾਰਿਆਂ ਨਾਲ ਜਾ ਕੇ ਮੂਵੀ ਦੇਖਣੀ ਚਾਹੀਦੀ ਹੈ ਮੂਵੀ ਬਹੁਤ ਸੋਹਣੀ ਲੱਗੀ ਤੇ ਜੋ ਵੀ ਕਿਰਦਾਰ ਜੀ ਨੂੰ ਜਿਹਨੂੰ ਵੀ ਜੋ ਜੋ ਕਿਰਦਾਰ ਮਿਲੇ ਆ ਉਹ ਬਹੁਤ ਸੋਹਣਾ ਸੀਗਾ ਤੇ ਸਾਰਿਆਂ ਨੇ ਆਪਣੇ ਕਿਰਦਾਰ ਨਾਲ ਪੂਰਾ ਵਫਾਦਾਰੀ ਨਾਲ ਕੰਮ ਕੀਤਾ ਜਿਵੇਂ ਜਗਦੇਸ਼ਵਰ ਦਾ ਕਿਰਦਾਰ ਸੀਗਾ ਉਹ ਬਹੁਤ ਸੋਹਣਾ ਸੀਗਾ ਤੇ ਜੋ ਜੋ ਉਹਨਾਂ ਨੂੰ ਉਹਨਾਂ ਨੂੰ ਦਿਖਾਇਆ ਹੋਇਆ ਜਿੱਦਾਂ ਦਾ ਮੂਵੀ ਚ ਦਿਖਾਇਆ ਹੋਇਆ ਉਹਨਾਂ ਨੇ ਉਹ ਚੀਜ਼ ਨੂੰ ਬਖੂਬੀ ਤੌਰ ਤੇ ਮਤਲਬ ਉਹਨਾਂ ਨੂੰ ਖਰੇ ਉੱtre ਨੇ ਤੇ ਜੋ ਅੰਬਰ ਦਾ ਪਰਸਨਲੀ ਅੰਬਰ ਦਾ ਜੋ ਕਿਰਦਾਰ ਸੀਗਾ ਉਹ ਬਹੁਤ ਸੋਹਣਾ ਲੱਗਿਆ ਬਹੁਤ એનર્ਜੀ ਸੀਗੀ ਉਹਦੇ ਵਿੱਚ ਤੇ ਸਾਰੀ ਮੂਵੀ ਨੇ ਬਣ ਕੇ ਰੱਖਿਆ ਹੋਇਆ ਸੀਗਾ ਜੀ ਮੈਂ ਸਾਰਿਆਂ ਨੂੰ ਇਹੀ ਕਹੂੰਗਾ ਵੀ ਇੱਕ ਵਾਰ ਜ਼ਰੂਰ ਜਾ ਕੇ ਆਪਣੀ ਫੈਮਿਲੀ ਨਾਲ ਇਹ ਇਹ ਮੂਵੀ ਜ਼ਰੂਰ ਦੇਖੋ ਤੇ ਤੁਸੀਂ ਪੂਰੇ ਪੈਸੇ ਵਸੂਲ ਕਰੋਗੇ ਬਹੁਤ ਸੋਹਣੀ ਮੂਵੀ ਆ ਬਾਈ ਜਿਵੇਂ ਤਰਸੇਮ ਬਾਈ ਦੀਆਂ ਪਹਿਲੀਆਂ ਮੂਵੀ ਹੁੰਦੀਆਂ ਸਾਰੀਆਂ ਪੂਰੀ ਫੈਮਿਲੀ ਮੂਵੀ ਆ ਤੇਜ ਪਰਿਵਾਰ ਕ੍ਰਿਸਤਿਆਂ ਦੀ ਸਾਂਝ ਤੇ ਪਰਿਵਾਰ ਦੀ ਕੀ ਅਹਿਮੀਅਤ ਆਪਣੀ ਜ਼ਿੰਦਗੀ ਦੇ ਵਿੱਚ ਉਹ ਚੀਜ਼ਾਂ ਬਾਰੇ ਸਾਰਾ ਦੱਸਿਆ ਬਹੁਤ ਵਧੀਆ ਮੂਵੀ ਆ ਅਸਲ 'ਚ ਪਹਿਲਾਂ ਤਾਂ ਮੈਂ ਦੱਸਣਾ ਚਾਹ ਰਿਹਾ ਕਿ ਫਿਲਮ ਸਾਨੂੰ ਤਾਂ ਚੰਗੀ ਲੱਗਣੀ ਹੋਏ ਕਿਉਂਕਿ ਅਸੀਂ ਖੁਦ ਬਣਾਈ ਆ ਤੇ ਬੜੀ ਖੁਸ਼ੀ ਹੋਈ ਆ ਜਦੋਂ ਹੁਣ ਆਡियंस ਦੇ ਰਿਵਿਊ ਦੇਖੇ ਉਹਨਾਂ ਦੀਆਂ ਸੁਣੀਆਂ ਗੱਲਾਂ ਕਿ ਫਿਲਮ ਨੂੰ ਕਿੱਦਾਂ ਕਿੰਨਾ ਵਧੀਆ ਇੰਜੋਏ ਕੀਤਾ ਉਹਨਾਂ ਨੇ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਪੰਜਾਬੀ ਸਿਨੇਮਾ ਹੋਰ ਗਰੋਅ ਕਰੇ ਇਸ ਨੂੰ ਲੈ ਕੇ ਅਸੀਂ ਅਰਦਾਸ ਵੀ ਕਰਦੇ ਹਾਂ ਹਮੇਸ਼ਾ ਕਿ ਪੰਜਾਬੀ ਫਿਲਮਾਂ ਨੂੰ ਇੱਕ ਵੱਡੇ ਲੈਵਲ ਤੇ ਉੱਤੇ ਪ੍ਰਮੋਟ ਕੀਤਾ ਜਾਵੇ ਤੇ ਬੜੀ ਖੁਸ਼ੀ ਹੁੰਦੀ ਹੈ ਸਾਨੂੰ ਵੇਲੀ ਜਨਤਾ ਫਿਲਮਸ ਓਮਜੀ ਸਟੂਡੀਓਜ਼ ਅਤੇ ਸੈਰਨ ਪ੍ਰੋਡਕਸ਼ਨਸ ਵੱਲੋਂ ਮਿਲ ਕੇ ਤਿਆਰ ਕੀਤੀ ਗਈ ਇਹ ਫਿਲਮ ਲੰਡਨ ਦੇ ਖੂਬਸੂਰਤ ਸ਼ਹਿਰ ਦੇ ਵਿੱਚ ਸ਼ੂਟ ਕੀਤੀ ਗਈ ਹੈ ਇਸ ਫਿਲਮ ਦੇ ਵਿੱਚ ਬੀ ਐਨ ਸ਼ਰਮਾ ਰਗਵੀਰ ਬੋਲੀ ਰੁਪਿੰਦਰ ਰੂਪੀ ਸੀਮਾ ਕੌਸ਼ਨ ਅਤੇ ਹਰ ਵੀ ਸੰਗਾ ਦੀ ਕਾਮੇਡੀ ਨੂੰ ਵੀ ਲੋਕੀ ਬੇਹਦ ਇੰਜੋਏ ਕਰਨਗੇ ਕੈਮਰਾ ਪਰਸਨ ਮਨਿੰਦਰ ਜਸਲ ਦੇ ਨਾਲ ਜਸਲੀਨ ਕੌਰ ਪੀਟੀਸੀ ਨਿਊਜ਼ ਬ੍ਰੈਮਟਨ ਕੈਨੇਡਾ ਸੋ ਪੀਟੀਸੀ ਨਾਰਥ ਅਮਰੀਕਾ ਨਿਊਜ਼ ਬੁਲੇਟਿਨ ਦੇ ਵਿੱਚ ਅਸਨ ਅਜ ਦੀਆਂ ਖਬਰਾਂ ਫਿਲਹਾਲ ਮੈਨੂੰ ਤੇ ਇਜਾਜ਼ਤ ਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਤੁਸੀਂ ਬਣੇ ਰਹੋ ਪੀਟੀਸੀ ਨਿਊਜ਼ ਦੇ ਨਾਲ